ਸਤਸੰਗ ਦੋ ਕੜੀਆਂ, ਸਤਸੰਗ ਦੋ ਕੜੀਆਂ, ਸਤਸੰਗ ਦੋ ਕੜੀਆਂ, ਕੋਈ ਕਰਨ ਨਸੀਬਾਂ ਵਾਲੇ ਸਤਸੰਗ ਦੋ ਕੜੀਆਂ, ਕੋਈ ਕਰਨ ਨਸੀਬਾਂ ਵਾਲੇ ਸਤਸੰਗ ਦੋ ਕੜੀਆਂ, ਨਸੀਬਾਂ ਵਾਲੇ ਸਤਸੰਗ ਦੋ ਕੜੀਆਂ, ਕੋਈ ਕਰਨ ਨਸੀਬਾਂ ਵਾਲੇ ਸਤਸੰਗ ਦੋ ਕੜੀਆਂ, ਸਾਧੂ ਸੰਗਤ ਕੁਲਾਂ ਨੂੰ ਤਾਰੇ ਕਰ ਲੈ ਤੂੰ ਮੇਰਿਆ ਮਨਾ, ਸਾਧੂ ਸੰਗਤ ਕੁਲਾਂ ਨੂੰ ਤਾਰੇ ਕਰ ਲੈ ਤੂੰ ਮੇਰਿਆ ਮਨਾ, ਸਾਧੂ ਸੰਗਤ ਕੁਲਾਂ ਨੂੰ ਤਾਰੇ ਕਰ ਲੈ ਤੂੰ ਮੇਰਿਆ ਮਨਾ, 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 ਸਾਧੂ ਸੰਗਤ ਕੁਲਾਂ ਨੂੰ ਤਾਰੇ ਕੁਲਾਂ ਨੂੰ ਤਾਰੇ ਕਰ ਲੈ ਤੂੰ ਮੇਰਿਆ ਮਨਾ, ਸਾਧੂ ਸੰਗਤ ਕੁਲਾਂ ਨੂੰ ਤਾਰੇ ਕਰ ਲੈ ਤੂੰ ਮੇਰਿਆ ਮਨਾ, ਸਾਧੂ ਸੰਗਤ ਕੁਲਾਂ ਨੂੰ ਤਾਰੇ ਕਰ ਲੈ ਤੂੰ ਮੇਰਿਆ ਮਨਾ, ਸਾਧੂ ਸੰਗਤ ਕੁਲਾਂ ਨੂੰ ਤਾਰੇ ਕਰ ਲੈ ਤੂੰ ਮੇਰਿਆ ਮਨਾ, ਸੰਗਤ ਕੁਲਾਂ ਨੂੰ ਤਾਰੇ, ਸੰਗਤ ਕੁਲਾਂ ਨੂੰ ਤਾਰੇ, ਸਾਧੂ ਸੰਗਤ ਕੁਲਾਂ ਨੂੰ ਤਾਰੇ, ਸੰਗਤ ਕੁਲਾਂ ਨੂੰ ਤਾਰੇ, ਸਾਧੂ ਸੰਗਤ ਕੁਲਾਂ ਨੂੰ ਤਾਰੇ ਕਰ ਲੈ ਤੂੰ ਮੇਰਿਆ ਮਨਾ, ਸਾਧੂ ਸੰਗਤ ਕੁਲਾਂ ਨੂੰ ਤਾਰੇ ਕਰ ਲੈ ਤੂੰ ਮੇਰਿਆ ਮਨਾ, ਕਰ ਲੈ ਤੂੰ ਮੇਰਿਆ ਮਨਾ, ਸਾਧੂ ਸੰਗਤ ਕੁਲਾਂ ਨੂੰ ਤਾਰੇ ਕਰ ਲੈ ਤੂੰ ਮੇਰਿਆ ਮਨਾ, ਸਾਧੂ ਸੰਗ ਸਿਖਾਇਓ ਨਾਮ ਸਰਬ ਮਨੋਰਥ ਪੂਰਨ ਕਾਮ, ਬੁਝ ਗਈ ਤ੍ਰਿਸ਼ਨਾ ਹਰ ਜਸੇ ਅਗਾਨੇ, ਜਪ ਜਪ ਜੀਵਾਂ ਸਾਰੰਗ ਪਾਣੇ, ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਤਿੰਨ ਸਵੇ, ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਤਿੰਨ ਸਵੇ, ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ, ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ, ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ, ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੋਏ ਆਏ, ਦਰਸ਼ਨ ਭੇਟੇ ਸਾਧੂ
ਭਲੇ ਦਿਨ ਸੇ ਹੋਏ ਜਬ ਤੇ ਦਰਸ਼ਨ ਭੇਟੇ ਸਾਨੂੰ ਭਲੇ ਦਿਨ ਸੇ ਹੋਏ ਸ੍ਰੀ ਮਹੱਲਾ ਪੰਜਵਾਂ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਨ੍ਹਾਂ ਸਗਲ ਵਸਤਾਂ ਕਾ ਜਾਂ ਕਾ ਸਤਿਗੁਰ ਪੂਰਾ ਠਾਕਰ ਗਾਈਆ ਆਤਮ ਰੰਗ ਸਰਨੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਜਨ ਕੇ ਚਰਨ ਵਸੈ ਮਿਰ ਹੀ ਅਰਾਇ ਸੰਗ ਪਨੀਤਾ ਦੇਹੀ ਜਨ ਕੀ ਧੂਰ ਦਿਹੋ ਕਿਰਪਾ ਨਿਦ ਨਾਨਕ ਗੈ ਸੁਖ ਏਹੀ ਜਨ ਕੇ ਚਰਨ ਵਸੈ ਮਿਰ ਹੀ ਅਰਾਇ ਸੰਗ ਪਨੀਤਾ ਦੇਹੀ ਜਨ ਕੀ ਧੂਰ ਦਿਹੁ ਕਿਰਪਾ ਨਿਦ ਨਾਨਕ ਗੈ ਸੁਖ ਏਹੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਿੱਖ ਮਤ ਸਬਦ ਤੁਮਾਰੀ ਮੰਦਰ ਸ਼ਾਮਨ ਤੇਰੇ ਤੁਧ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਸੋ ਆਓ ਗੁਰਸਿੱਖ ਵੀਰ ਬਜ਼ੁਰਗ ਬੜੇ ਭਾਗਾਂ ਵਾਲੇ ਹਨ ਬਾਬਾ ਜੀ ਮੋਹਰ ਲਾਇਆ ਕਰਦੇ ਸਨ ਫੁਰਨੇ ਜੋ ਫੁਰਨਾ ਕਿਹੜਾ ਚੰਗਾ ਬਾਬਾ ਜੀ ਕਹਿੰਦੇ ਫੁਰਨਾ ਸਭ ਤੋਂ ਚੰਗਾ ਗੁਰੂ ਧਾਰ ਲੈਣਾ ਦੂਜਾ ਫੁਰਨਾ ਇਹਦੇ ਵਿੱਚ ਹੀ ਆ ਜਾਂਦਾ ਰਹਿਤ ਦੇ ਵਿੱਚ ਰਹਿਤ ਮਰ ਜ਼ਿਆਦਾ ਇੱਕ ਫੁਰਨਾ ਹੋਰ ਚੰਗਾ ਵੀ ਅੰਬਰ ਛਕਿਆ ਮਨਾ ਅੰਬਰ ਵੇਲੇ ਉੱਠ ਇਸ਼ਨਾਨ ਕਰ
ਤੇ ਘੰਟਾ ਦੋ ਘੰਟੇ ਨਾਮ ਜਪ, ਇਹ ਸਿਰੇ ਦੇ ਫੁਰਨੇ ਹੈ, ਸਿਰੇ ਦੇ ਫੁਰਨੇ। ਦੂਸਰਾ ਫੁਰਨਾ ਹੈ ਵੀ ਕਿਸੇ ਕਮਾਈ ਵਾਲੀ ਮਹਾਂਪੁਰਖ ਦੀ ਸੰਗਤ ਹੋ ਜਾਵੇ, ਕਿੰਨੀ ਦੂਰ ਹੋਵੇ। ਜਿਹੜੇ ਜੰਗਲ ਹੁੰਦਾ ਨਾ ਉਹਦੇ ਦੂਰ ਦੀ ਲੰਘਦੇ ਲੋਕ, ਦੂਰ ਦੀ। ਤੇ ਜਦੋਂ ਸਾਧ ਸੰਗਤ ਬਾਗ ਬਣ ਜਾਂਦਾ ਜੰਗਲ ਤੋਂ, ਕਿਆਰੀਆਂ ਬਣ ਜਾਂਦੀਆਂ, ਮਾਲੀ ਬਹਿ ਜਾਂਦਾ ਮਹਾਂਪੁਰਖ, ਮਾਲੀ ਇਹ ਬਾਗ ਹੈ, ਇਹ ਬਾਬਾ ਜਿਹਦਾ ਬਾਗ ਲੱਗਿਆ ਹੋਇਆ, ਵੱਡੇ ਬਾਬਿਆਂ ਨੇ ਬਾਗ ਲਗਾਇਆ, ਚੋਲਡਾਂ ਵਾਲੇ ਬਾਬਾ ਜੀ ਨੇ ਪਾਣੀ ਪਾਇਆ, ਬੂਟੇ ਮਹਿੰਗੇ ਮੁੱਲ, ਆ ਵੇਖੋ ਖਿੜੇ ਫੁੱਲਾਂ ਨਾਲ ਫੁੱਲ, ਅੱਜ ਹੈ ਨਹੀਂ ਇਹਦੇ ਤੁੱਲ। ਵੇਖਦੇ ਨੇ ਲੋਕ ਪਹਾੜੀ ਲਾਈ ਬਾਬਾ ਆਨੰਦ ਸਿੰਘ ਨੇ, ਮਹਿਕ ਰਹੀ ਫਰਵਾਲੀ, ਨਾਮ ਦੀ ਮਹਿਕ ਆਉਂਦੀ ਹੈ। ਸਾਰਿਆਂ ਨੂੰ ਨਾਮ ਦੀ ਮਹਿਕ ਆਵੇ ਫੇਰ ਹੀ ਹੈ ਦਰਬਾਰ ਦੇ ਵਿੱਚ। ਹੋਰ ਦੂਜੀਆਂ ਮਹਿਕਾਂ ਸਾਰੀਆਂ ਝੂਠੀਆਂ, ਇੱਕ ਨਾਮ ਦੀ ਮਹਿਕ ਸਭ ਤੋਂ ਕਸਤੂਰੀ ਹੈ। ਇਕੱਲੀ ਕਸਤੂਰੀ ਦੀ ਮਹਿਕ ਆਉਣ ਲੱਗ ਜੇ, ਕਹਿੰਦੇ ਬੰਦੇ ਦੇ ਅੰਦਰੋਂ ਸਾਰੇ ਰੋਗ ਚੱਕੇ ਜਾਂਦੇ ਹੈ, ਅਤੇ ਕਹਿੰਦੇ 20 ਸਾਲ ਉਮਰ ਵੱਧ ਜਾਂਦੀ ਬੰਦੇ ਦੀ। ਕਸਤੂਰੀ ਦੀ ਮਹਿਕ ਅੰਦਰ ਆ ਜਾਵੇ, ਇਉਂ ਆ ਕੇ ਕਸਤੂਰੀ ਹੈ ਗੁਰੂ ਨਾਨਕ ਦਾ ਦਰਬਾਰ, ਅਤੇ ਕੀਰਤਨ ਹੈ ਮਹਿਕ, ਕਸਤੂਰੀ ਦੀ ਮਹਿਕ। ਇਸ ਕਰਕੇ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਇੱਕ ਫੁਰਨਾ ਵੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਾਂ, ਗੁਰੂ ਧਾਰਿਆ ਕਿਸੇ ਕਮਾਈ ਵਾਲੇ ਮਹਾਂਪੁਰਖ ਦੀ ਸੰਗਤ ਵਿੱਚ ਆ ਕੇ ਬਹਿ ਜਾਂ। ਇਹ ਨਹੀਂ ਹੈ ਵੀ ਭੁਗਤਣਾ ਜ਼ਰੂਰੀ ਹੈ, ਭੁਗਤੀ ਜਾਂਦੇ ਜਿੱਥੇ ਮਰਜ਼ਾਦਾ ਨਾ ਹਰੀ ਦਾ ਜਾਸ ਹੈ, ਗੁਰੂ ਨਾਨਕ ਦੀ ਵਡਿਆਈ ਹੈ, ਗੁਰੂ ਨਾਨਕ ਦੀ ਪੂਜਾ ਹੈ, ਗੁਰੂ ਨਾਨਕ ਦੀ ਮਿਹਰ ਵਰਤਦੀ ਹੈ, ਜਿੱਥੇ ਗੁਰੂ ਨਾਨਕ ਦਾ ਨਾਮ ਜਪਿਆ ਜਾਂਦਾ ਹੈ, ਉੱਥੇ 24 ਘੰਟੇ ਸ਼ਕਤੀ ਰਹਿੰਦੀ ਹੈ, 24 ਘੰਟੇ ਸ਼ਕਤੀ ਰਹਿੰਦੀ ਸੀ। ਗੁਰਮ ਪਿਆਰ ਆਇਆ ਹੈ, ਬੇਗਮ ਕੋਲੇ ਖੜ੍ਹੇ, ਕੀਰਤਨ ਸੋਹਲਾ ਹੋ ਚੁੱਕਾ ਸੀ, ਅਤੇ ਅਸੀਂ ਫਿਰ ਬਾਬਾ ਦੀ ਮਿਹਰ ਮੇਰਾ ਵੀ ਬਹੁਤ ਜ਼ਿਆਦਾ ਸੀ, ਅਤੇ ਪਰ ਅਸੀਂ ਦੇਖਿਆ ਵੀ ਚੱਲ ਦਰਸ਼ਨ ਤਾਂ ਵਾਰਨ ਦੇ ਰੋਜ਼ ਕਰੀਏ ਨਾ, ਅਸੀਂ ਫਿਰ ਆਣ ਕੇ ਬਹਿ ਗਏ ਉੱਥੇ। ਅਤੇ ਫਿਰ ਬੇਗਮ ਸਾਰੇ ਇਕੱਠੇ ਹੋ ਕੇ ਗੇੜਾ ਦੇ ਕੇ ਸਾਰਾ ਉੱਥੋਂ ਦੀ ਫਿਰ ਆ ਗਏ ਸੀ। ਉਹ ਗੁਰਮ ਪਿਆਰਾ ਐਸੇ ਸੀ, ਬੁਲਾ ਲਿਆ ਮੈਂ ਕਿਹੜਾ ਪਿੰਡ ਕਿੱਥੋਂ ਆਏ, ਉਹ ਪਿੰਡ ਦਾ ਨਾਂ ਵਧੀਆ ਉਹਦਾ ਜਗ੍ਹਾ ਰਾਮ ਤੀਰਥ, ਹਾਂ ਮੈਂ ਕਿਵੇਂ ਆਈ, ਕਹਿੰਦਾ ਬਾਬਾ ਜੀ ਪੈਰ ਦੀਆਂ ਉਂਗਲਿਆਂ ਵਿੱਚ ਸੱਪ ਲੜ ਗਿਆ, ਥੋੜ੍ਹਾ ਸਿਰ ਭਾਰਾ, ਘਬਰਾ ਪੈਂਦਾ, ਘਬਰਾ ਦਿਲ ਨੂੰ ਵੀ ਘਬਰਾ ਪਈ ਜਾਂਦਾ ਹੈ, ਘਬਰਾ ਸੀ ਡਿੱਗੂ ਡਿੱਗੂ ਕਰਦਾ ਸਰੀਰ। ਅਸੀਂ ਬਹਿ ਗਏ ਅਤੇ ਬਾਬਾ ਨੇ ਮਿਹਰ ਵਰਤੀ, ਉਹ ਵੇਖ ਕੀਰਤਨ ਸੋਲਾ ਕਰਿਆ ਗਿਆ, ਪਰ ਫਿਰ ਵੀ ਅਸੀਂ ਉਹਦੀ ਹਾਰ ਹੀ ਲਾਈ।
ਹਜ਼ੂਰ ਦੇ ਕੋਲੇ ਤੇ ਬਾਬਾ ਜੀ ਮੇਹਰ ਦਾ ਸਦਕਾ ਸ਼ੇਸ਼ ਨਾਗ ਨੇ। ਹੁਣ ਇਹਨਾਂ ਲੋਕਾਂ ਨੂੰ ਪਤਾ ਨਹੀਂ ਇਹਨਾਂ ਗੱਲਾਂ ਦਾ। ਅਸੀਂ ਇੱਕ ਸਕਿੰਟ ਸ਼ਾਇਦ ਮਿੰਟ ਹੋਵੇ ਸ਼ਾਇਦ ਅਸੀਂ ਬਿੰਗਮ ਕੋਲੇ ਖੜੇ ਸੀ ਜਿਹੜੇ ਤੇ ਗੁਰੂ ਪਿਆਰੇ ਜੋਗੇ ਹੋਣੀ ਹੋਰ ਤੇ ਮਿੰਟ ਸ਼ਾਇਦ ਵਾਲਾ ਹੋਵੇ। ਉਹਨੂੰ ਇੱਕ ਸਕਿੰਟ ਵਿੱਚ ਫਿਰ ਪੁੱਛਿਆ ਕਿਵੇਂ ਹੈ, ਕਹਿੰਦਾ ਜਿਹੜਾ ਦਿਲ ਦਾ ਘਬਰਾ ਸੀ ਹਟ ਗਿਆ, ਪੈਰ ਦੇ ਵਿੱਚ ਜਿੱਥੇ ਲੜਿਆ ਸੀ ਅਤੇ ਕਹਿੰਦਾ ਸੀ ਉਹ ਦਰਦ ਬੰਦ ਹੋ ਗਿਆ, ਬੰਦ ਹੋ ਗਿਆ। ਦੂਜੀ ਵੀ ਇਹ ਫਿਰ ਐਂ ਸਰੀਰ ਦੀ ਹੁਣ ਬੇਰਾਮੀ ਰਹਿੰਦੀ ਹੈ, ਫਿਰ ਰਿਹਾ ਨਹੀਂ ਜਾਂਦਾ ਵੀ ਕਿਤੇ ਰਾਤ ਨੂੰ ਅੱਧੀ ਰਾਤ ਕੋਈ ਗੱਲ ਨਾ ਹੋ ਜਾਵੇ ਅਗਲੇ ਨੂੰ। ਅਤੇ ਫਿਰ ਮੈਂ ਆਖਿਆ ਹੁਣ ਜਦੋਂ ਦੋ ਤਿੰਨ ਵਾਰੀ ਵੇਖਿਆ, ਕਹਿੰਦਾ ਹੁਣ ਮੈਂ ਜਾਵਾਂ ਠੀਕ ਹਾਂ ਠੀਕ ਹੈ। ਮੈਂ ਵੇਖਦਾ ਉੱਠ ਕੇ, ਉਹ ਕਹਿੰਦਾ ਨਹੀਂ ਥੋੜ੍ਹੀ ਮਿਹਰ ਹੈ ਜਮਾਂ ਠੀਕ, ਨਾ ਘਬਰਾ ਹੈ ਨਾ ਦਿਲ ਫੁੱਲਦਾ ਹੈ, ਪੈਰ ਵੀ ਠੀਕ ਹੈ ਸਿਰ ਵੀ ਠੀਕ ਹੈ, ਮੈਂ ਸਭ ਵੇਖਿਆ ਸੀ। ਕਹਿੰਦਾ ਮੈਂ ਤਾਂ ਵੇਖਿਆ ਨਹੀਂ, ਮੇਰੇ ਸਿਰ 'ਤੇ ਪੰਡ ਸੀ, ਮੇਰੇ ਨਾਲ ਦੇ ਨੇ ਵੇਖਿਆ ਸੀ ਮੇਰਾ ਉੱਤੇ ਪੈਰ ਧਰਿਆ ਗਿਆ। ਉਹਨੇ ਇਹ ਗੱਲ ਕਹੀ, ਇੱਥੇ ਗੁਰੂ ਪਿਆਰ ਆਇਆ ਹੋਇਆ ਹੈ ਅਤੇ ਬਾਬਿਆਂ ਦੀ ਮਿਹਰ ਸੀ ਜਾਣੀ ਵਰਤਦੀ ਐਂ ਸ਼ਕਤੀ ਚੌਵੀ ਘੰਟੇ ਵਰਤਦੀ ਹੈ। ਅਸੀਂ ਛੋਟੇ ਜਿਹੇ ਸੀ ਅਤੇ ਠੰਡ ਬਹੁਤ ਸੀ, ਨਾਨਕ ਸਰ ਝੋਲ ਡਾਂਦਾ ਜੀ ਕਰੇ ਅਤੇ ਗੱਡੇ ਹੁੰਦੇ ਸੀ, ਗੱਡੇ ਦੇ ਥੱਲੇ ਬੇਬੇ ਸਾਨੂੰ ਲੈ ਕੇ ਦਰਸ਼ਨ ਸੋ ਸੀ ਅਤੇ ਉਹ ਉੱਥੇ ਪੈ ਗਏ ਸੀ, ਠੰਡ ਬਹੁਤ ਸੀ। ਬਾਬਾ ਜੀ ਗੇੜਾ ਮਾਰਨ ਲੱਗੇ, ਪਿਤਾ ਜੀ ਨੇ ਮੱਥਾ ਟੇਕਿਆ, ਪਹਿਲਾਂ ਵੀ ਨਾਲ ਹੀ ਸੀ ਹਜੇ ਪੈਣਾ ਸੀ ਪਰ ਇਹਨਾਂ ਨੇ ਸਾਨੂੰ ਪਾਤਾ ਸੀ ਅਤੇ ਬਾਬਾ ਜੀ ਦੇ ਨਾਲ ਪਿਤਾ ਜੀ ਸੀ। ਬਾਬਾ ਜੀ ਨੇ ਗੱਡਿਆਂ ਦੇ ਥੱਲੇ ਵੇਖ ਇਹ ਐਂ ਨਹੀਂ ਆਏ ਆਇਆ ਹੁੰਦਾ ਸੀ ਕੌਣ ਕੌਣ ਪਏ ਕਿਹੜੇ ਕਿਹੜੇ ਕਿੱਥੋਂ ਕਿੱਥੋਂ ਪਏ ਆਏ। ਚਲੋ ਬਾਬਾ ਜੀ ਨੂੰ ਬੇਨਤੀ ਕੀਤੀ ਪਰਿਵਾਰ ਪਿਆ ਤੁਹਾਡਾ ਪਰਿਵਾਰ ਪਿਆ। ਬਾਬਾ ਜੀ ਕਹਿੰਦੇ ਉੱਥੇ ਅੰਦਰ ਹੋ ਜਾਣਾ ਸੀ, ਉੱਥੇ ਕੋਠਾ ਜਾਂਦਾ ਬਾਹਰ ਪਾਸੇ, ਇਉਂ ਆਖਿਆ ਤੁਸੀਂ ਉੱਥੇ ਲੈ ਜਾਓ ਇਹਨਾਂ ਨੂੰ ਸਾਨੂੰ ਅਤੇ ਦਰਸ਼ਨ ਸੋ ਸੀ ਸਜੀ ਜਨਮ ਮਗਰੋਂ ਅਤੇ ਤੁਸੀਂ ਜਾਓ ਉੱਥੇ ਲੈ ਜਾਓ। ਉਹ ਬਾਬਾ ਜੀ ਗਾਂਹ ਹੋਏ ਗਰੀਬ ਨਵਾਜ, ਸਾਨੂੰ ਜਿਉਂ ਚੱਕਿਆ ਬੇਬੇ ਨੇ ਉਹ ਕੋਠੇ ਚਲੇ ਗਏ। ਉੱਥੇ ਦੋ ਕੁ ਮਾਈਆਂ ਸੀ, ਇੱਕ ਦੋ ਬੰਦੇ ਸੀ। ਜਦੋਂ ਉੱਥੇ ਬੇਬੇ ਗਏ ਉਹ ਕਹਿੰਦੇ ਭਾਈ ਲੈ ਇੱਥੇ ਤਾਂ ਅੱਗੇ ਸੰਘਾਟਾ ਆਇਆ ਪਿਆ ਹੈ, ਤੁਸੀਂ ਉੱਥੇ ਹੀ ਹੋ ਜਾਂਦੇ। ਉਹ ਰੌਲਾ ਜਿਹਾ ਪਾਉਣ ਲੱਗ ਗਈ ਖਾਸ਼ਾ। ਬੇਬੇ ਕਹਿੰਦੀ ਚੱਲ ਕੋਈ ਨਹੀਂ, ਆਪਾਂ ਤਾਂ ਖੁਸ਼ੀਆਂ ਲੈਣੀਆਂ ਬਾਬਿਆਂ ਤੋਂ, ਵੀ ਆਪਾਂ ਨੂੰ ਠੰਡ ਕੀ ਕਹਿੰਦੀ ਆ ਕੀ ਕਹਿੰਦੀ ਹੈ। ਬੇਬੇ ਨੇ ਜਿਉਂ ਚੱਕਿਆ ਸਾਨੂੰ ਫਿਰ ਉੱਥੇ ਲੈ ਗਈ, ਗੱਡੇ ਥੱਲੇ ਹੀ ਚਲੇ ਗਏ। ਅਤੇ ਬਾਬਾ ਜੀ ਨਾ ਥੋੜ੍ਹਾ ਚਿਰ ਬਾਅਦ ਅਤੇ ਭੋਰੇ 'ਚ ਜਾਣ ਲੱਗੇ, ਚਾਨਣ 'ਚ ਇੱਕ ਰੱਖਿਆ ਸੀ ਭੋਰੇ 'ਚ। ਉਹ ਜਿਹੜਾ ਕੋਠਾ ਸੀ ਨਾ ਉਹਦੇ ਵਿੱਚ ਸੱਪ ਨਿਕਲਿਆ ਕੋਠੇ ਦੇ ਵਿੱਚ, ਅਤੇ ਮਾਈ ਦੀਆਂ ਲੱਤਾਂ ਦੇ ਨਾਲ ਹੀ ਖਾਏ ਕੇ ਮਾਈ ਕਹਿੰਦੀ ਹਾਏ ਖਾ ਰਹੇ ਹਾਏ ਖਾ ਰਹੇ ਹਾਏ ਖਾ ਰਹੇ। ਰਜਾਈ ਸੀ ਇੱਕ, ਮਾਈ ਭੱਜੀ ਆਵੇ ਅਤੇ ਰਜਾਈ ਬਾਹਰ ਮਾਰੀ ਚਲਾ ਕੇ ਅਤੇ ਗੁਰਮੁਖ ਸੱਪ ਤਿਆਰ ਨਹੀਂ ਗਾ। ਬਾਬਾ ਜੀ ਕਹਿੰਦੇ ਕੀ ਹੋ ਗਿਆ ਕੀ ਹੋ ਗਿਆ, ਕਹਿਣ ਲੱਗੇ ਸੱਪ ਸੀ। ਬਾਬਾ ਜੀ ਕਹਿੰਦੇ ਆਹ ਵੇਖੋ, ਬਾਬਾ ਜੀ ਕਹਿੰਦੇ ਸੱਪ ਨੇ ਸ਼ੇਸ਼ ਨਾਗ ਪਹਿਰਾ ਦਿੰਦਾ ਫਿਰਦਾ,
ਉਹ ਬਾਬਾ ਨਾਨਕ ਸਿੰਘ ਦੀ ਚਰਨ ਧੂੜ ਚੜ੍ਹਦਾ ਫਿਰਦਾ, ਕੋਈ ਸੱਪ ਸੁੱਪ ਨਹੀਂ ਹੈ, ਇਉਂ ਆਖਿਆ। ਇਉਂ ਆਉਂਦੇ ਆਉਂਦੇ ਬਾਬਾ ਜੀ ਫੇਰ ਗੇੜਾ ਦੇਣ ਲੱਗ ਗਿਆ, ਤੁਸੀਂ ਇੱਥੇ ਪਏ ਆ? ਕਹਿੰਦੇ ਜੀ ਉਹ ਕਹਿੰਦੇ ਸੰਘਾਟ ਆਉਂਦਾ ਅੰਦਰ। ਬਾਬਾ ਜੀ ਕਹਿੰਦੇ ਚੱਕੋ ਸਾਨੂੰ, ਫੇਰ ਕਹਿੰਦੇ ਨਾ ਚੱਕੋ ਲੈ ਜਾਓ ਅੰਦਰ। ਉਹਦੇ ਅੰਦਰ ਤੇ ਰਜਾਈ ਸਾਸ, ਉਹਦੇ ਕੋਈ ਸੱਪ ਸੁੱਪ ਨਹੀਂ। ਬਾਬਾ ਸਾਰੀ ਰਾਤ ਅੰਦਰ ਰੱਖਿਆ ਪਾਤਸ਼ਾਹ, ਪਾਤਸ਼ਾਹ ਦੀ ਕਿੱਡੀ ਮਿਹਰ ਸੀ ਜਾਣੀ, ਐਂ ਸ਼ਕਤੀ ਵਰਤੀ। ਉਹ ਬਾਹਰ ਪਈ, ਮਾਈ ਨੂੰ ਬਥੇਰਾ ਕਿਹਾ ਵੀ ਅੰਦਰ ਪੈ ਜਾ, ਮਾਈ ਕਹਿੰਦੇ ਮੈਂ ਬਾਹਰ ਹੀ ਠੀਕ ਹਾਂ, ਅਸੀਂ ਤਾਬਿਆ ਬੈਠੇ ਗੁਰੂ ਸਾਹਿਬ ਦੀ। ਇਸ ਕਰਕੇ ਸਾਸ ਸੁਣੀ ਸੁਣਾਈ ਗੱਲ ਤਾਂ ਮਾੜੀ ਹੁੰਦੀ ਹੈ, ਇਹ ਬਾਬਾ ਜੀ ਨੇ ਕਿਰਪਾ ਕੀਤੀ, ਇਸ ਕਰਕੇ ਆਪਾਂ ਭਾਗਾਂ ਵਾਲੇ ਹਾਂ। ਕਿਸੇ ਚੰਗੇ ਮਹਾਂਪੁਰਖ ਦੀ ਸੰਗਤ ਅਸੀਂ ਤੇ ਹੁਣ ਮਾਈਆਂ ਗੁਰੂ ਪਿਆਰੇ ਭੁਗਤਣਾ। ਅਸੀਂ ਕਹਿੰਦੇ ਦਰਸ਼ਨ ਸਿੰਘ ਗੁਰਵਾਛ ਜੀ ਹੈ, ਮਾਨਾ ਜੀ ਹੈ, ਸਾਰੀ ਨਿਗਾਹ 'ਚ ਹੈ, ਸਾਰੇ ਨਿਗਾਹ 'ਚ ਬਾਬੇ ਦੀ ਮਿਹਰ ਦਾ ਸਦਕਾ, ਕੋਈ ਵੀ ਨਹੀਂ ਹੈ ਇੱਥੇ ਤਾਂ ਬਾਬੇ ਦੀ ਮਿਹਰ ਨਾਲ, ਹਵਾ ਵੀ ਨਿਗਾਹ 'ਚ ਹੈ, ਸਾਰਾ ਪੱਤਾ ਪੱਤਾ ਨਿਗਾਹ 'ਚ ਹੈ, ਬਾਬਾ ਜੀ ਮਿਹਰ ਦਾ ਸਦਕਾ। ਜਿੰਨੀ ਸੰਗਤ ਆਈ ਕੋਈ ਉਹ ਨਾ ਕਹੇ ਮੈਂ ਉਵੇਂ ਹੀ ਚਲਿਆ ਗਿਆ, ਨਹੀਂ ਆਹ ਹਾਰ ਹੀ ਲੱਗ ਰਹੀ, ਤੁਹਾਡੀ ਹਾਰ ਹੀ ਲੱਗ ਗਈ। ਗੁਰੂ ਨਾਨਕ ਸਾਹਿਬ ਬੈਠੇ ਹੈ, ਪ੍ਰਤੱਖ ਬੈਠੇ ਹੈ ਜਿੱਥੇ ਉਹਦੀ ਸ਼ਕਤੀ ਹੈ। ਅਸੀਂ ਭਾਗਾਂ ਵਾਲੀਆਂ ਹੌਲੀ ਭੁਗਤੋ, ਹੌਲੀ ਜਾਓ, ਹੌਲੀ ਹੌਲੀ ਗੱਲ ਕਿਹੜੀ ਵੱਡੀ ਗੱਲ ਹੈ, ਇਹ ਪਾਠ ਕਰ ਲਓ, ਇਹ ਕੀ ਵਾਹਿਗੁਰੂ ਕਰੋ, ਵੇਖੋ ਤੁਸੀਂ ਤਜਰਬਾ ਤਾਂ ਕਰਕੇ ਵੇਖੋ, ਜੁੜੋ ਜਦ ਸੁਰਤੀ ਜੁੜ ਗਈ ਤੁਹਾਡੀ ਸਾਰ ਲਊ ਜਾਂ ਨਹੀਂ ਲਊ, ਸਾਰ ਲਊਗਾ ਉਹ, ਇਹ ਨਹੀਂ ਵੀ ਮੈਨੂੰ ਪੂਰਾ ਵਾਅਦਾ, ਪੂਰਾ ਵਿਸ਼ਵਾਸ। ਇਸ ਕੇ ਗਰਾਸ਼ ਨੂੰ ਕਹਿੰਦਾ ਵੀ ਹੌਲੀ ਪਤਾ ਵਿਚਾਰਿਆਂ ਨੂੰ ਦੂਰੋਂ ਆਏ ਆ, ਕਿਰਾਇਆ ਹੈ ਨਹੀਂ, ਕਈਆਂ ਦੇ ਸੁੱਕੀ ਚਾਹ ਦੁੱਧ ਬਹੁਤ ਮਹਿੰਗਾ ਹੈ, ਵੀ ਹੌਲੀ ਚੰਗੀ ਤਰ੍ਹਾਂ ਭੁਗਤਾਈ ਅਤੇ ਵੇਖੀ, ਹੌਲੀ ਹੌਲੀ ਭੁਗਤਾਈ, ਜੇ ਭੁਗਤਾਵੇਂਗਾ, ਵਚਨ ਕਰੇਗਾ, ਵਚਨ ਮੰਨੇਗਾ ਤਾਂ ਸਾਡੇ ਭੁਗਤਾਉਣ ਵਿੱਚ ਕੋਈ ਫਰਕ ਨਹੀਂ ਰਹੇਗਾ, ਜਿਵੇਂ ਭੁਗਤਾਇਆ ਉਵੇਂ ਹੀ ਭੁਗਤੂਗੀ ਸੰਗਤ, ਬਾਬਾ ਜੀ ਮਿਹਰ ਕਰ ਦੇਣਗੇ। ਇਸ ਕਰਕੇ ਗੁਰੂ ਸਾਹਿਬ ਕੋਲ, ਸੱਚੇ ਪਾਤਸ਼ਾਹ ਕੋਲ ਦੋ ਸਿੱਖ ਆਏ, ਬੜੇ ਦੂਰੋਂ ਆਏ, ਅਤੇ ਉਹ ਫਿਰ ਉਹਨਾਂ ਨੇ ਮੱਥਾ ਟੇਕੇ ਜਾਣਾ ਹੀ ਸੀਗਾ, ਪਰ ਹਜ਼ੂਰ ਦੇ ਕੋਲ ਰਹੇ ਵੀ, ਵੇਖ ਕੇ ਇੰਨੀ ਸ਼ਾਂਤੀ, ਇੰਨਾ ਦਰਬਾਰ ਸੋਹਣਾ, ਜਿਵੇਂ ਆਪਣਾ ਖੋਭਣ ਠਾੜ ਬਣਿਆ, ਉੱਥੇ ਬਹੁਤ ਆਉਣ ਲੱਗ ਗਈ ਸੰਗਤ, ਬਹੁਤ ਜ਼ਿਆਦਾ, ਅੱਜ ਦਸਵੀਂ ਹੈ, ਅਤੇ ਉੱਥੇ ਸਾਧ ਸੰਗਤ ਬਾਬਾ ਹਿਮੇਨ ਦਾ ਸਦਕਾ, ਗੁਰੂ ਜੀ ਕੋਲ ਆਏ, ਇੱਕ ਦਿਨ ਮੂਹਰੇ ਹੋ ਗਏ ਮੱਥਾ ਟੇਕਿਆ, ਗੁਰੂ ਜੀ ਕਹਿੰਦੇ ਕਿੱਥੋਂ ਆਏ ਜੀ, ਫਲਾਣੇ ਥਾਂ ਤੋਂ ਆਏ ਹੈ। ਗੁਰੂ ਜੀ ਕਹਿੰਦੇ ਜਾਣਾ ਕਿ ਰਹਿਣਾ? ਕਹਿੰਦੇ ਜੀ ਪਨੀਰੀ ਤਾਂ ਕੱਚੀ ਹੈ, ਜਾਣੀ ਕੱਚੇ ਬੱਚੇ ਤਾਂ ਛੋਟੇ ਆ ਹਜੇ, ਪਰ ਜਾਣ ਨੂੰ ਜੀ ਨਹੀਂ ਕਰਦਾ। ਗੁਰੂ ਜੀ ਕਹਿੰਦੇ ਕੋਈ ਨਹੀਂ, ਅੱਠ ਕੁ ਦਿਨ ਚੱਲ ਹੋਰ ਲਾ ਲਓ ਤੁਸੀਂ, ਇਉਂ ਆ ਕੇ ਉਹ ਐਵੇਂ ਥੋੜ੍ਹੇ ਦਿਨ ਲਾਏ ਗੁਰੂ ਸਾਹਿਬ ਕੋਲ, ਸੇਵਾ ਕੀਤੀ, ਐਂ ਕਾਹਲੀ ਨਹੀਂ ਸੀ ਹੁੰਦੀ, ਉਹ ਤੋੜ ਤਾੜ ਹੁਣ ਕੰਮ ਦਾ ਬਹੁਤ ਚੱਕਰ ਪੈ ਗਿਆ ਹੁਣ ਦੁਨੀਆਂ ਦਾ, ਇਹ ਤਾਂ ਆਪਣੇ ਘਰ 'ਚ ਹੀ ਸੰਗਤ ਬੈਠੀ ਆ, ਨਹੀਂ ਤਾਂ ਬਹੁਤ ਔਖਾ ਹੋ ਗਿਆ। ਅਤੇ ਇਸ ਕਰਕੇ ਸਾਧ ਸੰਗਤ ਗੁਰੂ ਅਰਜਨ ਸਾਹਿਬ ਕੋਲ ਆਏ, ਮੱਥਾ ਟੇਕਿਆ ਜੀ ਅਸੀਂ ਜਾਣਾ ਹੈ। ਗੁਰੂ ਜੀ ਕਹਿੰਦੇ ਜਾਣਾ ਨਹੀਂ ਹੈ, ਕਹਿੰਦੇ ਜਾਣਾ ਹੈ। ਗੁਰੂ ਜੀ ਕਹਿੰਦੇ ਨਹੀਂ, ਇਉਂ ਕਿਹਾ ਕਰੋ ਜੀ ਆਗਿਆ ਬਖਸ਼ੋ। ਗੁਰੂ ਜੀ ਕਹਿੰਦੇ ਆਗਿਆ ਦਾ ਮਤਲਬ ਹੁੰਦਾ ਆ ਗਿਆ, ਜਾਣਾ। ਗੁਰੂ ਜੀ ਕਹਿੰਦੇ ਸਹਿ ਸਵਾਈ ਕਹਿੰਦੇ ਮੂੰਹ 'ਚੋਂ ਸਾਡੇ ਨਿਕਲ ਗਿਆ ਜਾਓ। ਗੁਰੂ ਜੀ ਕਹਿੰਦੇ ਮੁੜ ਕੇ ਆਇਆ ਨਹੀਂ ਜਾਂਦਾ। ਗੁਰੂ ਜੀ ਕਹਿੰਦੇ ਆਗਿਆ ਕਿਹਾ ਕਰੋ ਜੀ ਆਗਿਆ ਬਖਸ਼ੋ। ਇਹ ਜਦੋਂ ਵੀ ਮੱਥਾ ਟੇਕ ਕੇ ਜਾਣਾ ਬਾਰਾਂ ਦੇ ਵਿੱਚ, ਬਾਬਾ ਆਨੰਦ ਸਿੰਘ ਜੀ ਆਗਿਆ ਬਖਸ਼ੋ, ਸਾਰੇ ਇਉਂ ਕਿਹਾ ਕਰੋ। ਜੇ ਸਾਡੇ ਕੋਲ ਆ ਜਾਂ ਗੁਰਵਾਜ ਜੀ ਕੋਲ ਆ
ਜਾਂ ਦਰਸ਼ਨ ਜੀ ਕੋਲੇ ਆ ਗਿਆ ਬੜੇ ਪਾਗਲ ਸਨ, ਅਤੇ ਕਈਆਂ ਦੀ ਸੰਗਤ ਨਹੀਂ ਕੀਤੀ, ਬਾਬੇ ਕੋਲ ਰਹੇ, ਮਰੋ ਬਾਬੇ ਬਣ ਗਏ, ਬਾਬੇ ਬਣ ਗਏ, ਚੱਲੀਆਂ ਜਾਓ ਮਾਈਆਂ, ਉੱਠ ਜਾਓ ਇਹੋ ਚਲੋ। ਕਈ ਮਾਈਆਂ ਨੇ ਕਹਿਣਾ ਵੇਖੋ ਬਾਬਾ ਜੀ ਸਿਸ ਕੋਲੇ ਭੁਗਤਦੇ ਰਹੇ ਹਾਂ, ਅਤੇ ਬਾਬਾ ਜੀ ਨੇ ਕਹਿਣਾ ਮਾਤਾ ਜੀ ਤੁਹਾਨੂੰ ਖੁਸ਼ੀਆਂ ਗੁਰੂ ਨਾਨਕ ਦੀਆਂ ਖੁਸ਼ੀਆਂ। ਕਹਿੰਦੇ ਮਾਈਆਂ ਕਹਿੰਦੇ ਜਦੋਂ ਬਾਬਾ ਨੇ ਕਹਿੰਦੇ ਗੁਰੂ ਨਾਨਕ ਦੀਆਂ ਖੁਸ਼ੀਆਂ, ਕਹਿੰਦੇ ਇੰਨਾ ਹੌਸਲਾ ਹੋ ਜਾਂਦਾ ਸੀ ਵੀ ਸਾਨੂੰ, ਅਸੀਂ ਨਾ ਵੀਹ ਤੀਹ ਮੋਗੇ ਦਾ ਜ਼ਿਕਰ, ਮੋਗੇ ਦਾ ਇਹ ਮੋਗੇ ਦੀਆਂ ਮਾਈਆਂ ਸੀ, ਅਤੇ ਕਹਿੰਦੀਆਂ ਸਾਨੂੰ ਐਂ ਲੱਗਿਆ ਵੀ ਬਾਬਾ ਜੀ ਨੇ ਸਾਰਿਆਂ ਦੇ ਸਿਰ 'ਤੇ ਹੱਥ ਰੱਖੇ ਨਾ ਵੀ ਸਾਰਿਆਂ ਨੂੰ ਭਗਤਾਰ ਭਗਤਾਰ। ਬੋਲੀ 'ਚ ਫਰਕ ਪੈ ਜਾਂਦਾ, ਜਾਓ ਮਾਈਆਂ ਚੱਲੀਆਂ ਜਾਓ ਉੱਠ ਜਾਓ ਇਸ ਤਰ੍ਹਾਂ ਰਹੋ, ਉਹ ਵੇਖ ਕਿੰਨਾ ਫਰਕ ਆ ਸਾਧੂ ਦੀ ਬੋਲ ਵਿੱਚ। ਅਤੇ ਸਾਸ ਉੱਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੋ ਰਹੋ ਇੱਕ ਦਿਨ ਹੋ ਰਹੇ ਜੀ ਆਗਿਆ ਬਖਸ਼ ਦਿਓ। ਗੁਰੂ ਜੀ ਕਹਿੰਦੇ ਕੋਈ ਬਚਨ ਆ ਵੇਖੋ, ਕਹਿੰਦੇ ਬਚਨ ਦਾ ਇਹ ਹੈ ਪੁੱਤਰ ਦੀ ਵੀ ਲੋੜ ਹੈ, ਨਾਲ ਫਿਰ ਮਾਇਆ ਦੀ ਲੋੜ ਹੈ, ਨਾਲ ਤੰਦਰੁਸਤੀ ਦੀ ਲੋੜ ਹੈ, ਨਾਲ ਘਰ ਏਕੇ ਤਬਾਖ ਦੀ ਵੀ ਲੋੜ ਹੈ ਲੋੜ ਹੈ। ਗੁਰੂ ਸਾਹਿਬ ਕਹਿੰਦੇ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ, ਤੁਸੀਂ ਸੇਵਕ ਬਣ ਜਾਓ ਇਸ ਘਰ ਦੇ। ਉਹ ਕੀ ਕਹਿੰਦੇ, ਕਹਿੰਦੇ ਜੀ ਬਣ ਗਏ, ਬਸ ਹੁਣ ਇੱਥੇ ਆਇਆ ਕਰਾਂਗੇ। ਗੁਰੂ ਜੀ ਕਹਿੰਦੇ ਇਉਂ ਨਹੀਂ, ਗੁਰੂ ਜੀ ਕਹਿੰਦੇ ਤੁਸੀਂ ਸਾਡੇ ਚਰਨਾਂ ਦੀ ਪੌੜ ਅੰਬਰ 'ਚ ਛੱਕ ਲਓ, ਇਉਂ ਆ ਕੇ ਅੰਬਰ 'ਚ ਛੱਕ ਲਓ, ਸੱਤ ਵਜਨ ਜੀ ਛਕਾ ਲਿਓ ਛਕਾ ਦਿਓ ਜੀ, ਅਸੀਂ ਅੰਮ੍ਰਿਤਸਰ ਸਿੱਖ ਬਣ ਜਾਵਾਂਗੇ। ਗੁਰੂ ਜੀ ਕਹਿੰਦੇ ਨਹੀਂ ਹਜੇ ਨਹੀਂ ਬਣਦੇ, ਫਿਰ ਕਿਵੇਂ ਬਣਾਂਗੇ। ਗੁਰੂ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠਿਓ 3 ਵਜੇ, 6 ਵਜੇ ਤਾਈਂ ਵਾਹਿਗੁਰੂ ਦਾ ਨਾਮ ਜਪਿਓ, ਇਉਂ ਆਖਿਆ। ਫਿਰ ਜੀ ਜਪਾਂਗੇ, ਫਿਰ ਤੁਹਾਡੇ ਸਿੱਖ ਸੇਵਕ ਬਣਗੇ। ਗੁਰੂ ਜੀ ਕਹਿੰਦੇ ਨਹੀਂ ਹਜੇ ਨਹੀਂ ਬਣੇ, ਤੁਸੀਂ ਐਂ ਕਰਿਆ ਕਰੋ। ਗੁਰੂ ਜੀ ਕਹਿੰਦੇ ਧਰਮ ਦੀ ਕਿਰਤ ਕਰਿਓ, ਹੁਣ ਜੱਟਾਂ ਦੀ ਕਿਰਤ ਕਰਦੇ ਆ। ਗੁਰੂ ਜੀ ਕਹਿੰਦੇ ਕਿਰਤ ਹੋਰ ਹੁੰਦੀ, ਧਰਮ ਦੀ ਕਿਰਤ ਕਰਿਆ ਕਰੋ। 90 ਰੁਪਈਏ ਆਵਰਤੇ, 10 ਰੁਪਈਏ ਗੁਰੂ ਘਰ ਵਿੱਚ ਕਿਸੇ ਚੰਗੇ ਮਹਾਂਪੁਰਖਾਂ ਦੀ ਸੇਵਾ ਵਿੱਚ ਲਾ ਦਿਆ ਕਰੋ, ਦਸਵੰਧ ਕੱਢਿਆ ਕਰੋ। ਜਿਹੜੇ ਡਾਕਟਰਾਂ ਦੇ ਬਾਵਰ ਕੇ ਜਾਣੇ ਆ, ਉਹ ਤੁਹਾਡੇ ਪੈਸੇ ਖਰਚ ਜਾਣਗੇ ਨਹੀਂ, ਤੁਹਾਡਾ ਡਾਕਟਰ ਨੇ ਬਿੱਲ ਬਣਨ ਨੂੰ ਹੜ ਜੂਗਾ, ਦਵਾਈ ਬੰਦ ਹੋ ਜੂ ਤੁਹਾਡੀ। ਗੁਰੂ ਅਰਜਨ ਸਾਹਿਬ ਕਹਿੰਦੇ ਉਹਨਾਂ ਨੇ ਕਿਹਾ 7 ਵਜਨ ਸੱਚੇ ਪਾਤਸ਼ਾਹ ਜੀ। ਗੁਰੂ ਜੀ ਕਹਿੰਦੇ ਜਿਹੜੇ ਤੁਸੀਂ ਦਸਵੰਧ ਕੱਢੋਗੇ, ਗੁਰੂ ਜੀ ਕਹਿੰਦੇ ਇੱਥੇ 10 ਗੁਣਾ ਅਤੇ ਦਰਗਾਹ 'ਚ 70 ਗੁਣਾ ਸਣੇ ਵਿਆਜ ਤੁਹਾਨੂੰ ਦੇਵਾਂਗੇ ਅਸੀਂ ਆਪਦੇ ਕੋਲੋਂ। ਬੜੇ ਖੁਸ਼ ਹੋਏ ਬੜੇ ਸੱਚੇ ਪਾਤਸ਼ਾਹ ਜੀ, ਉਹ ਕਿਰਪਾ ਕਰ ਦਿਓ ਅਸੀਂ ਬਣ ਗਏ ਤੁਹਾਡੇ ਸੇਵਕ। ਗੁਰੂ ਜੀ ਕਹਿੰਦੇ ਹਜੇ ਨਹੀਂ ਬਣੇ। ਕਹਿੰਦੇ ਕੀ ਗੱਲ? ਗੁਰੂ ਜੀ ਕਹਿੰਦੇ ਪਾਤਸ਼ਾਹ, ਗੁਰੂ ਜੀ ਕਹਿੰਦੇ ਮੱਸਿਆ ਤਰਨ ਤਰਨ ਆਇਆ ਕਰੋ, ਸੰਗਰਾਂਦ ਅਤੇ ਸ਼੍ਰੀ ਅੰਮ੍ਰਿਤਸਰ ਆਇਆ ਕਰੋ, ਅਤੇ ਗੋਬਿੰਦਵਾਲ ਸਾਹਿਬ ਪੂਰਨਮਾਸ਼ੀ 'ਤੇ ਆਇਆ ਕਰੋ। ਉਹਨਾਂ ਨੇ ਆਖਿਆ ਜੀ ਇੱਕ ਬੇਨਤੀ ਹੈ, ਪਿੰਡ ਬਹੁਤ ਦੂਰ ਹੈ, ਤੁਹਾਡੇ ਹੋਰ ਸਾਰੇ ਬਚਨ ਮੰਨਾਂਗੇ, ਪਰ ਇਹ ਮਹੀਨੇ ਵਿੱਚ 3 ਦਿਨ ਆ ਜਾਂਦੇ ਆ, 9 ਤੀਆ 27, ਅਤੇ ਐਂ ਆਉਣਾ ਇੰਨੀ ਛੇਤੀ ਔਖਾ ਔਖਾ। ਗੁਰੂ ਜੀ ਕਹਿੰਦੇ ਚਲ ਮਹੀਨੇ ਬਾਅਦ ਆਇਆ ਕਰੋ, ਮਹੀਨੇ ਬਾਅਦ, ਅਤੇ ਇਕੱਠੇ ਹੀ 3 ਦਿਨ ਲਾ ਜਿਆ ਕਰੋ।
ਲਾ ਜਾ ਕਰੋ। ਉਹਨਾਂ ਨੇ ਕਿਹਾ ਜੀ ਸੱਤ ਵਜਨ, ਜੇ ਗੁਰੂ ਜੀ ਕਿਤੇ ਸਮਾਂ ਹੋਵੇ ਵੀ ਨਾ ਫਿਰ ਆਇਆ ਆਵੇ ਇੰਨੀ ਵਾਟ ਕੋਈ ਕਣਕ ਦਾ ਸਮਾਂ ਹੁੰਦਾ, ਹਾੜੀ ਦਾ ਫਲੇ ਪਾਏ ਹੁੰਦੇ ਆ, ਅਤੇ ਫਿਰ ਗੁਰੂ ਜੀ ਕਹਿੰਦੇ ਮੇਰੇ ਵੱਲੋਂ ਸਾਹਿਬ ਤੀਸਰੇ ਪਾਤਸ਼ਾਹ ਦੇ ਮਹਾਂਪੁਰਖ ਭੇਜੇ ਵੀ ਇੱਧਰ ਕੋਈ ਭਲਾ ਵਿਅਰਧ ਹੋਵੇ ਜਾਂ ਉਹਨਾਂ ਦਾ ਸਥਾਨ ਹੀ ਹੋਵੇ ਸਥਾਨ, ਅਤੇ ਉੱਥੇ ਜਾਵੜਿਆ ਕਰੋ, ਇੱਕ ਗੋਹ ਤੋਂ ਵੀਹ ਗੋਹ ਤਾਈਂ ਜਾਵੜਿਆ ਕਰੋ। ਉੱਥੇ ਉੱਥੇ ਜਾ ਕੇ ਝਾੜੂ ਮਾਰਿਆ, ਸੇਵਾ ਕੀਤੀ, ਨਾਮ ਜਪਿਆ, ਖਾਲੀ ਹੱਥੀ ਨਾ ਜਾਇਓ, ਕੋਈ ਨਾ ਕੋਈ ਚੀਜ਼ ਲੈ ਜਾਓ, ਭਲਾ ਦਾਤਣ ਹੀ ਲੈ ਜਾਓ, ਭਲਾ ਫੁੱਲਾਂ ਦਾ ਹਾਰ ਹੀ ਲੈ ਜਾਓ। ਇਉਂ ਆ ਉਹਨਾਂ ਨੇ ਆਖਿਆ ਜੀ ਸਾਰੇ ਵਚਨੇ ਹੀ ਤੁਹਾਡੇ ਮੰਨ ਲਗੇ, ਪਰ ਅਸੀਂ ਸੇਵਕ ਬਣ ਗਏ। ਗੁਰੂ ਜੀ ਕਹਿੰਦੇ ਹਜੇ ਨਹੀਂ ਬਣੇ। ਕਹਿੰਦੇ ਹੁਣ ਕੀ ਗੱਲ ਹੈ? ਗੁਰੂ ਜੀ ਕਹਿੰਦੇ ਜਦੋਂ ਤੁਸੀਂ ਮੱਸਿਆ ਪੁੰਨਿਆ ਜਾਣ ਲੱਗ ਗਏ ਨਾ ਮਹਾਂਪੁਰਸ਼ਾਂ ਕੋਲ, ਤੁਹਾਨੂੰ ਕਾਜਕ ਡਿੱਕਾ ਪਾਵੇਗਾ, ਰਿਸ਼ਤੇਦਾਰ ਕਹੇਗਾ ਮੱਸਿਆ ਤੇ ਫੇਰ ਜਾਵੜੀ ਤੂੰ ਮੇਰੇ ਨਾਲ ਚੱਲ। ਤੁਸੀਂ ਇਹ ਕਿਹੋ ਵੀ ਨਹੀਂ ਨਹੀਂ ਮੇਰੇ ਗੁਰੂ ਸਾਹਿਬ ਨਾਲ ਵਚਨ ਹੋਇਆ, ਮੈਂ ਤੇਰੇ ਨਾਲ ਕੱਲ੍ਹ ਨੂੰ ਜਾ ਸਕਦਾ, ਮੈਂ ਮੱਸਿਆ ਨਹੀਂ ਛੱਡ ਸਕਦਾ, ਮੈਂ ਪੁੰਨਿਆ ਨਹੀਂ ਛੱਡ ਸਕਦਾ, ਮੈਂ ਸੰਗਰਾਂਦ ਨਹੀਂ ਛੱਡ ਸਕਦਾ। ਇਉਂ ਆਖਿਆ, ਤੁਹਾਡਾ ਇਮਤਿਹਾਨ ਹੋਊਗਾ, ਫਿਰ ਪਾਸ ਹੋ ਜਾਓਗੇ ਤੁਸੀਂ। ਇਉਂ ਆਖਿਆ ਉਹਨਾਂ ਨੇ, ਆਖਿਆ ਜੀ ਸੱਤ ਵਚਨ, ਇਹ ਵਚਨ ਮੰਨਾਂਗੇ, ਅਸੀਂ ਸੇਵਕ ਬਣ ਗਏ। ਗੁਰੂ ਜੀ ਕਹਿੰਦੇ ਨਹੀਂ ਹਜੇ ਨਹੀਂ ਬਣੇ ਜੀ, ਹਜੇ ਕੀ ਕਮੀ ਹੈ? ਗੁਰੂ ਜੀ ਕਹਿੰਦੇ ਜੇ ਤੁਹਾਨੂੰ ਕਹਿੰਦਾ ਸੇਵਕ ਬਣ ਗਏ, ਤੁਹਾਨੂੰ ਹਉਮਾਂ ਦਾ ਰੋਗ ਲੱਗ ਜਾਊਗਾ। ਗੁਰੂ ਜੀ ਕਹਿੰਦੇ ਜਦੋਂ ਸਾਡੇ ਵਚਨ ਸਾਰੇ ਕਮਾਉਣ ਲੱਗੇ ਨਾ ਪਿੰਡ 'ਚ ਰਹਿ ਕੇ, ਗੁਰੂ ਜੀ ਕਹਿੰਦੇ ਸਾਨੂੰ ਆਂਢ ਗੁਆਂਢ ਕਹਿਣਗੇ ਗੁਰੂ ਅਰਜਨ ਸਾਹਿਬ ਦੇ ਸੇਵਕ ਹੈ। ਆਂਢ ਗੁਆਂਢ ਜਦੋਂ ਰਿਸ਼ਤੇਦਾਰ ਸਾਨੂੰ ਸੱਦਣ ਲੱਗ ਗਏ ਨਾ ਵੀ ਆਹ ਕੰਮ ਆਈ, ਅਤੇ ਤੁਸੀਂ ਜਵਾਬ ਦਿੱਤਾ ਨਹੀਂ ਅਸੀਂ ਪੁੰਨਿਆ ਛੱਡ ਨਹੀਂ ਸਕਦੇ, ਅਸੀਂ ਸੰਗਰਾਂਦ ਛੱਡ ਨਹੀਂ ਸਕਦੇ, ਅਸੀਂ ਤਾਂ ਮਹਾਂਪੁਰਖਾਂ ਕੋਲ ਜਾਣਾ, ਫਿਰ ਉਹ ਰਿਸ਼ਤੇਦਾਰ ਵੀ ਕਹਿਣਗੇ ਵੀ ਉਹ ਤਾਂ ਪੱਕੇ ਆ, ਪੱਕੇ ਸੇਵਕ ਆ। ਗੁਰੂ ਜੀ ਕਹਿੰਦੇ ਆਏ ਪੱਕੇ ਸੇਵਕ ਬਣੋਗੇ, ਕੱਚੇ ਨਾ ਬਣਿਓ। ਉਹਨਾਂ ਨੇ ਕਿਹਾ ਸੱਤ ਵਚਨ। ਗੁਰੂ ਜੀ ਕਹਿੰਦੇ ਬਾਬਾ ਬੁੱਢਾ ਜੀ ਲਿਆਓ ਚਰਨਾਂ ਦੀ ਪੌੜ ਦੇਈਏ। ਗੁਰੂ ਜੀ ਨੇ ਦਿੱਤਾ ਪ੍ਰਸ਼ਾਦ, ਉਹਨਾਂ ਨੇ ਸਰੋਪੇ ਪਾਏ, ਤੁਸੀਂ ਗੁਰੂ ਨਾਨਕ ਦੇ ਸੇਵਕ ਬਣ ਗਏ। ਇਉਂ ਆਖਿਆ ਗੁਰੂ ਜੀ ਕਹਿੰਦੇ ਤੁਹਾਨੂੰ ਪੁੱਤਰ ਵੀ ਮਿਲੂ, ਮਾਇਆ ਵੀ ਮਿਲੂ, ਤੰਦਰੁਸਤੀ ਵੀ ਮਿਲੂ, ਏਕ ਹੱਥ ਵਾਕ ਵੀ ਹੋਊ, ਪਿੰਡ 'ਚ ਵੀ ਗੁਰੂ ਜੀ ਕਹਿੰਦੇ ਤੁਰੇ ਜਾਂਦੇ ਨੇ ਤੁਹਾਨੂੰ ਲੋਕ ਮੱਥਾ ਟੇਕਣਗੇ। ਇਉਂ ਆਖਿਆ ਜੇ ਕੋਈ ਤੁਹਾਤੋਂ ਰਾਏ ਮੰਗੇ, ਤੁਸੀਂ ਜਿਹੜਾ ਮੂੰਹ ਤੋਂ ਬੋਲ ਦਿਓਗੇ ਤੁਹਾਡਾ ਵਚਨ ਵੀ ਪਾਰ ਪਵੇਗਾ। ਇਹ ਹੈ ਸੇਵਕ ਜਨ ਕੀ ਸੇਵਾ ਮੰਗ ਸਵਾਓ, ਸੇਵਕ ਜਨ ਕੀ ਸੇਵਾ ਮੰਗ ਪੂਰੇ ਕਰਮ ਕਮਾਵਾ, ਸੇਵਕ ਜਨ ਕੀ ਸੇਵਾ ਮੰਗ ਪੂਰੇ ਕਰਮ ਕਮਾਵਾ, ਸੇਵਕ ਜਨ ਕੀ ਸੇਵਾ ਮੰਗ ਪੂਰੇ ਕਰਮ ਕਮਾਵਾ, ਸੇਵਕ ਜਨ ਕੀ ਸੇਵਾ ਮੰਗ ਮੈਂ ਪੂਰੇ ਕਰਮ ਕਮਾਵਾ, ਸੇਵਕ ਜਨ ਕੀ ਸੇਵਾ ਮੰਗ ਪੂਰੇ ਕਰਮ ਕਮਾਵਾ,
ਸੇਵਕ ਜਨ ਕੀ ਸੇਵਾ ਮਾਂਗੇ ਮੈਂ ਪੂਰੇ ਕਰਮ ਕਮਾਵਾਂ, ਪੂਰੇ ਕਰਮ ਕਮਾਵਾਂ, ਮੈਂ ਪੂਰੇ ਕਰਮ ਕਮਾਵਾਂ, ਪੂਰੇ ਕਰਮ ਕਮਾਵਾਂ, ਮੈਂ ਪੂਰੇ ਕਰਮ ਕਮਾਵਾਂ, ਪੂਰੇ ਕਰਮ ਕਮਾਵਾਂ, ਮੈਂ ਪੂਰੇ ਕਰਮ ਕਮਾਵਾਂ, ਕਮਾਵਾਂ। ਸੇਵਕ ਜਨ ਕੀ ਸੇਵਾ ਮਾਂਗੇ ਮੈਂ ਪੂਰੇ ਕਰਮ ਕਮਾਵਾਂ, ਸੇਵਕ ਜਨ ਕੀ ਸੇਵਾ ਮਾਂਗੇ ਮੈਂ ਪੂਰੇ ਕਰਮ ਕਮਾਵਾਂ, ਸੇਵਕ ਜਨ ਕੀ ਸੇਵਾ ਮਾਂਗੇ ਪੂਰੇ ਕਰਮ ਕਮਾਵਾਂ, ਸੇਵਕ ਜਨ ਕੀ ਸੇਵਾ ਮਾਂਗੇ ਮੈਂ ਪੂਰੇ ਕਰਮ ਕਮਾਵਾਂ। ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋਤ ਉਧਾਰ ਆਪ ਤਰੈ ਲੋ ਕਹਿਨ ਸਤਾਰ। ਸੋ ਬਹੁਤ ਵੱਡੇ ਭਾਗ ਨੇ ਸਭ ਗੁਰਸਿੱਖ ਸੰਗਤਾਂ ਦੇ ਜਿਨ੍ਹਾਂ ਨੂੰ ਮਾਲਕ ਬਾਬਾ ਜੀ ਦੀ ਮਿੱਠੀ ਰਸਨਾ ਚੋਂ ਦਰਗਾਹੀ ਹੁਕਮਨਾਮਾ ਹੁਕਮਨਾਮੇ ਦੇ ਪ੍ਰਥਾਏ ਪ੍ਰਵਚਨ ਸਰਵਨ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਜੋ ਬਾਬਾ ਜੀ ਨੇ ਬਚਨਾਂ 'ਚ ਮੋਹਰ ਲਾਈ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਿਹਰ ਵਰਤਦੀ ਹੈ, ਨਾਮ ਜਪਾਇਆ ਜਾਂਦਾ ਹੈ, ਅੰਮ੍ਰਿਤ ਛਕਾਇਆ ਜਾਂਦਾ ਹੈ, ਉੱਥੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਕਤੀ ਵਰਤਦੀ ਹੈ। ਸੋ ਆਪਣੇ ਬਾਬਾ ਜੀ ਅੱਜ ਖੁੱਲ੍ਹੀਆਂ ਦਾਤਾਂ ਖੁੱਲ੍ਹੀਆਂ ਬਖਸ਼ਿਸ਼ਾਂ ਵਰਤਾ ਰਹੇ ਨੇ। ਸੋ ਆਓ ਬਚਨਾਂ 'ਤੇ ਪਹਿਰਾ ਦੇਈਏ। ਹੁਣ ਦਰਗਾਹੀ ਧਾਰਨਾ ਦਾ ਸਮਾਂ ਹੈ। ਸਾਰੇ ਹੀ ਗੁਰਸਿੱਖ ਮਾਈ ਭਾਈ ਨਾਉ ਤੇਰਾ ਨਿਰੰਕਾਰ ਸਤਿਗੁਰ ਨਾਨਕ ਜੀ ਧਾਰਨਾ ਦੇ ਨਾਲ ਜਪ ਕੇ ਹਾਜ਼ਰੀ ਲਵਾਈਏ। ਸਤਨਾਮ ਸ੍ਰੀ ਵਾਹਿਗੁਰੂ ਜੀ। ਨਾਉ ਤੇਰਾ ਨਿਰੰਕਾਰ ਸਤਿਗੁਰੂ ਨਾਨਕ ਜੀ, ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ ਸਤਿਗੁਰੂ ਨਾਨਕ ਜੀ। ਸਤਿਗੁਰੂ ਨਾਨਕ ਜੀ, ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ ਸਤਿਗੁਰੂ ਨਾਨਕ ਜੀ। ਨਾਉ ਤੇਰਾ ਨਿਰੰਕਾਰ ਸਤਿਗੁਰੂ ਨਾਨਕ ਜੀ, ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ ਸਤਿਗੁਰੂ ਨਾਨਕ ਜੀ। ਨਾਉ ਤੇਰਾ ਨਿਰੰਕਾਰ ਸਤਿਗੁਰੂ ਨਾਨਕ ਜੀ, ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ ਸਤਿਗੁਰੂ ਨਾਨਕ ਜੀ। ਸਤਿਗੁਰੂ ਨਾਨਕ ਜੀ, 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 ਸਤਿਗੁਰੂ ਨਾਨਕ।
ਸਤਿਗੁਰੂ ਨਾਨਕ ਜੀ ਨਾਉ ਤੇਰਾ ਨਿਰੰਕਾਰ ਸਤਿਗੁਰੂ ਨਾਨਕ ਜੀ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਸਤਿਗੁਰੂ ਨਾਨਕ ਜੀ ਨਾਉ ਤੇਰਾ ਨਿਰੰਕਾਰ ਸਤਿਗੁਰੂ ਨਾਨਕ ਜੀ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਸਤਿਗੁਰੂ ਨਾਨਕ ਜੀ ਨਾਉ ਤੇਰਾ ਨਿਰੰਕਾਰ ਨਿਰੰਕਾਰ
ਸਤਿਗੁਰੂ ਨਾਨਕ ਜੀ ਨਾਉ ਤੇਰਾ ਨਿਰੰਕਾਰ ਨਾਉ ਤੇਰਾ ਨਿਰੰਕਾਰ ਨਾਉ ਤੇਰਾ ਨਿਰੰਕਾਰ ਨਾਉ ਤੇਰਾ ਨਿਰੰਕਾਰ ਸਤਿਗੁਰੂ ਨਾਨਕ ਜੀ ਸਤਿਗੁਰੂ ਨਾਨਕ ਜੀ ਤੂੰ ਹੀ ਨਿਰੰਕਾਰ
ਸਤਿਗੁਰੂ ਨਾਨਕ ਜੀ, ਸਤਿਗੁਰੂ ਨਾਨਕ ਜੀ।